ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆਪ ਸਭ ਬਾਖੂਬੀ ਜਾਣਦੇ ਹੋ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਪਖੰਡਾ ਢੋਂਗਾ ਤੋਂ ਉੱਤੇ ਉੱਠ ਕੇ ਜ਼ਿੰਦਗੀ ਜਿਉਣਾ ਸਿਖਾਉਂਦਾ ਹੈ, ਬ੍ਰਾਹਮਣਵਾਦ ਤੋਂ ਦੂਰ ਰਹਿ ਕੇ ਜ਼ਿੰਦਗੀ ਜਿਉਣਾ ਸਿਖਾਉਂਦਾ ਹੈ। ਸਿੱਖ ਧਰਮ ਕਿਸੇ ਧਰਮ ਦਾ ਨਿਰਾਦਰ ਕਦੇ ਨਹੀਂ ਕਰਦੀ, ਪਰ ਹਾਂ, ਜੋ ਬਾਣੀ ਬਾਣੀ ਦੇ ਵਿੱਚ ਹੈ ਨੇ, ਜੋ ਦਸਤਾਰਧਾਰੀ ਹੈ ਨੇ, ਜੋ ਸਿੱਖ ਹੈ ਨੇ, ਉਹਨਾਂ ਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਅਤੇ ਬ੍ਰਾਹਮਣਵਾਦ ਅਨੁਸਾਰ ਸ਼ਰਾਧਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਪੂਜਨ ਕੀਤੇ ਜਾਂਦੇ ਨੇ, ਬਹੁਤ ਤਰ੍ਹਾਂ ਦੇ ਭੋਗ ਲਗਾਏ ਜਾਂਦੇ ਨੇ, ਪੰਡਿਤਾਂ ਨੂੰ ਦਿੱਤੇ ਜਾਂਦੇ ਨੇ, ਕੌਏ ਕੁੱਤਿਆਂ ਨੂੰ ਖਵਾਏ ਜਾਂਦੇ ਨੇ, ਅਤੇ ਉਹਨਾਂ ਵੱਲੋਂ ਇਹ ਮੰਨਿਆ ਜਾਂਦਾ ਕਿ ਉਹਨਾਂ ਦੇ ਵੱਡਿਆਂ ਬਜ਼ੁਰਗਾਂ ਨੂੰ ਉਹਨਾਂ ਦਾ ਕੀਤਾ ਹੋਇਆ ਦਾਨ ਲੱਗ ਗਿਆ, ਉਹਨਾਂ ਦਾ ਕੀਤਾ ਹੋਇਆ ਸ਼ਰਾਧ ਲੱਗ ਗਿਆ। ਪਰ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਸ਼ਾਇਦ ਹੈਰਾਨ ਹੋ ਜਾਓਗੇ। ਜੀ ਹਾਂ, ਤੁਸੀਂ ਸ਼ਾਇਦ ਕੋਈ ਕੇਸਾਧਾਰੀ ਬ੍ਰਾਹਮਣ ਨਹੀਂ ਵੇਖਿਆ ਹੋਣਾ, ਉਹ ਵੀ ਪੂਰੇ ਸਿੱਖੀ ਸਰੂਪ ਦੇ ਵਿੱਚ। ਅਗਰ ਨਹੀਂ ਵੇਖਿਆ ਤਾਂ ਆਓ, ਅਸੀਂ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰੀਕੇ ਦੇ ਨਾਲ ਟੇਬਲ ਦੇ ਉੱਤੇ ਸ਼ਰਾਧ ਦਾ ਸਮਾਨ ਰੱਖ ਕੇ ਸ਼ਰਾਧ ਮਨਾਇਆ ਜਾ ਰਿਹਾ ਹੈ, ਅਤੇ ਅਰਦਾਸ ਵੀ ਕੀਤੀ ਜਾ ਰਹੀ ਹੈ ਕਿ ਆਖਿਰ ਕਿਸ ਬੀਬੀ ਦਾ ਸ਼ਰਾਧ ਹੈ, ਕੀ ਨਾਮ ਹੈ ਉਹਨਾਂ ਦਾ। ਆਓ ਪਹਿਲਾਂ ਵੀਡੀਓ ਵੇਖਦੇ ਹਾਂ, ਬਾਕੀ ਦੀਆਂ ਗੱਲਾਂ ਬਾਅਦ ਵਿੱਚ ਕਰਦੇ ਹਾਂ। ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ।
ਦੋਇ ਕਰ ਜੋੜ ਕਰ ਅਰਦਾਸ ਭਾਵੇ ਕਾਵੇ ਰਾਸ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤ ਜੀ ਸਹਾਇ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤ ਜੀ ਸਿਮਰ ਕਰ ਗੁਰੂ ਨਾਨਕ ਲੋਕ ਦੇ ਆਏ ਹਰਿ ਜੀ ਕੇ ਅਮਰਦਾਸ ਰਾਮ ਦਾਸ ਹਰਿ ਸਹਾਇ ਅਰਜਨ ਹਰਿ ਗੋਬਿੰਦ ਨੌ ਸਿਮਰ ਸ਼੍ਰੀ ਹਰਿ ਰਾਮ ਸ਼੍ਰੀ ਹਰਿ ਕ੍ਰਿਸ਼ਨ ਤੇ ਹਰਿਏ ਗੁਰੂ ਜੀ ਕੇ ਸਭ ਗੁਰਦੁਆਰ ਤੇਗ ਬਹਾਦਰ ਸਿਮਰ ਕਰ ਲੋਕ ਦੇ ਧਾਰੀ ਸਭ ਥਾਏ ਹੋਏ ਸਹਾਇ ਦਸੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਏ ਹੋਏ ਸਹਾਇ ਦਾਦਾ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਨਾਲ ਦਾ ਧਿਆਨ ਕਰਕੇ ਮੰਨੋ ਜੀ ਪੰਜਾਂ ਪਿਆਰਿਆਂ ਤੋਂ ਹੱਸਰ ਦਾਦੇ ਤਾਲੀਆਂ ਨੂੰ ਘਾਟੀਆਂ ਦਿੱਤੀਆਂ ਚੱਪੀਆਂ ਜਿਨ੍ਹਾਂ ਨਾਮ ਦਿੱਤੇ ਵੱਲ ਸੁਖਿਆ ਦੇ ਚਲਾਈ ਦੇ ਰਾਹੀ ਦੇਖਿਆ ਦੇਖੋ ਕਰਦੀਆਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘ ਅਸਿੰਘ ਦੀਆਂ ਧਰਮ ਹਿੱਤ ਸੇਜ ਦਿੱਤੇ ਬੰਦ ਬੰਦ ਕਿਸਾਨਾਂ ਟੁੱਕੜੀਆਂ ਲਵਾਈਆਂ ਚਰਖੀਆਂ ਦੇ ਜਿਹੜੇ ਆਰੇ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਧਰਮ ਦੇ ਆਲਿਆ ਸਿੱਖਾਂ ਦੇ ਹੋਏ ਇਹਨਾਂ ਦੀ ਕਮਾਈ ਦਾ ਧਿਆਨ ਕਰਦੇ ਖਾਲਸਾ ਜੀ ਬੋਲੋ ਜੀ ਕਰਤਾ ਸਰਬੰਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਰਚਨਾ ਸਰੂਪ ਖਾਲਸਾ ਜੀ ਤੇ ਅਰਦਾਸ ਦਰਸ਼ਨ ਚੌਂਕੀਆਂ ਝੰਡੇ ਬੋਲੋ ਜੀ ਸੁੱਖਾਂ ਦਾ ਬੰਦੇ ਮਾਮਾ ਤੁਸੀਂ ਮਾਤਾ ਰਾਹੀ ਸਹਾਇ ਦਾ ਕਾਲ ਪਿਤਾ ਸ਼੍ਰੀ ਗੁਰੂ ਕਾਲਾ ਸਾਹਿਬ ਕਾਮਾ ਜਿਹਨਾਂ ਤੋਂ ਪੰਥ ਲੋਕ ਛੋੜਿਆ ਗਿਆ ਪੰਡਿਤ ਦਰਸ਼ਨ ਸੇਵਾ ਸੰਭਾਲਦਾ ਗਿਆ ਖਾਲਸਾ ਦੇ ਨੰਬਰ ਛੋਦੀ ਹੈ ਨਵਾਲੇ ਦੇ ਮਨ ਕਾਮੇ ਦੇ ਕਾਮੇ ਉਚੋਲੀ ਉਸੇ ਚ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਣੇ ਦੇ ਪ੍ਰਾਪਤ ਦੁਨੀਆਂ ਦੇ ਵਿੱਚ ਅਰਦਾਸ ਬੇਨਤੀ ਸਾਥ ਨੂੰ ਦਿਓ ਆਪ ਜੀ ਨੇ ਬੜੀ ਮਿਹਰ ਕੋਸ਼ਿਸ਼ ਕਿਰਪਾ ਕੀਤੀ ਆਪ ਜੀ ਦਾ ਸੇਵਕ ਪਰਿਵਾਰ ਸੱਚੇ ਪਾਤਸ਼ਾਹ ਦਿਓ ਆਪਣੇ ਬਜ਼ੁਰਗਾਂ ਦੇ ਦੁੱਖੀ ਯਾਦ ਮਨਾਉਂਦੇ ਹੋ ਸੱਚੇ ਪਾਤਸ਼ਾਹ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਗੀ ਡਾਕਟਰ ਪਿਆਰਾ ਸਿੰਘ ਜੀ ਆਪਣੇ ਪਿਤਾ ਸਰਦਾਰ ਸੰਤ ਸਿੰਘ ਜੀ ਲੇਖ ਮਾਤਾ ਰਾਮ ਕੌਰ ਜੀ ਲੇਖ ਅਜੀਜ਼ ਬੱਚੀ ਸਮਿਤੀ ਸੱਚੇ ਪਾਤਸ਼ਾਹ ਲੇਖ ਜੋ ਕਾਫੀ ਸਮੇਂ ਪਹਿਲਾਂ ਅਕਾਲ ਚਲਾਣਾ ਕਰ ਗਿਆ ਉਹਨਾਂ ਦੀ ਦੁੱਖੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਸੱਚੇ ਪਾਤਸ਼ਾਹ ਜੀ ਲੰਗਰ ਪ੍ਰਸ਼ਾਦ ਤਿਆਰ ਕੀਤੇ ਗਏ ਨੇ ਆਪ ਜੀ ਕਿਰਪਾ ਕਰੋ ਦਰ ਪ੍ਰਵਾਨ ਕਰੋ ਦਰ ਪ੍ਰਵਾਨ ਕੀਤੇ ਲੰਗਰ ਪ੍ਰਸ਼ਾਦ ਸਾਹ ਸਿੰਘ ਵਿੱਚ ਉਤਰਨ ਦੀ ਆਗਿਆ ਹੋਈ ਜੋ ਸੱਚੇ ਕਿਰਪਾ ਕਰਕੇ ਬਜ਼ੁਰਗਾਂ ਨੂੰ ਪਿਤਾ ਜੀ ਨੂੰ ਮਾਤਾ ਜੀ ਨੂੰ ਬੇਟੀ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਤੋਂ ਨਿਵਾਸ ਬਖਸ਼ਣਾ ਪਰਿਵਾਰ ਦੇ ਸਿਰ ਤੇ ਬਖਸ਼ਿਸ਼ ਕਰੇ ਆਪਣੇ ਆਪਣੇ ਸੱਚੇ ਪਾਤਸ਼ਾਹ ਜੀ ਬੀਬੀ ਦਲਵੀਰ ਕੌਰ ਨੂੰ ਤੰਦਰੁਸਤੀ ਦੀ ਦਾਤ ਮੁਬਾਰਕ ਕਰੋ ਡਾਕਟਰ ਪਿਆਰਾ ਸਿੰਘ ਨੂੰ ਸੱਚੇ ਪਾਤਸ਼ਾਹ ਮੇਰ ਕਿਰਪਾ ਕਰਕੇ ਤੰਦਰੁਸਤੀ ਚੜ੍ਹ ਕੇ ਕਲਾ ਸੇਵਾ ਸਿੰਘ ਜੀ ਦਾ ਬਖਸ਼ੋ ਆਏ ਗੁਰੂ ਪਿਆਰੇ ਸੱਚੇ ਪਾਤਸ਼ਾਹ ਜੀ ਪਰਿਵਾਰ ਦੇ ਰਿਸ਼ਤੇਦਾਰ ਸਭ ਦੇ ਸਿਰ ਤੇ ਬਖਸ਼ਿਸ਼ਾਂ ਕਰੇ ਆਪਣੇ ਆਪਣੇ ਮਿਹਰਾਂ ਦਾ ਮੁਬਾਰਕ ਕਰੋ ਉਹਨਾਂ ਦੇ ਬੇਟੇ ਦੇ ਸਿਰ ਤੇ ਮੇਰ ਫਰਿਆ ਕਰਕੇ ਕਾਲ ਦੇ ਨਾਲ ਸਨਮਾਨ ਸੱਚੇ ਬਖਸ਼ੋ ਆਪਣੀਆਂ ਰਹਿਮਤਾਂ ਨਾਲ ਸੁਣੋ ਪਰਿਵਾਰ ਨੂੰ ਨਿਵਾਜਣਾ ਕਰੋ ਸਤਿਗੁਰੂ ਜੀਓ ਕੰਮ ਭੇਟ ਕੇ ਭਾਵੀ ਤੇਰੇ
ਦਿਸ ਫੰਕਸ਼ਨ ਇਜ਼ ਹੈਲਡ ਸ਼ਰਾਧ ਕਹਿੰਦੇ ਇਹਨਾਂ ਨੂੰ ਅਸੀਂ ਸ਼ਰਾਧ ਜ਼ਿਲ੍ਹਾ ਇੰਡੀਆ 'ਚ ਅੱਜ ਕੱਲ੍ਹ ਬਹੁਤ ਮਸ਼ਹੂਰ ਹੈਗਾ ਅਤੇ ਆਲ ਦਿਸ ਫੂਡ ਇਜ਼ ਪ੍ਰਪੇਅਰਡ ਐਂਡ ਪੰਜ ਪਿਆਰਾਜ਼ ਆਰ ਹੇਅਰ ਟੂ ਇੰਜੋਏ ਐਂਡ ਸੈਲੀਬਰੇਟ ਦਾ ਫੂਡ ਐਂਡ ਆਲ ਦਿਸ ਫੂਡ ਇਜ਼ ਗੋਇੰਗ ਟੂ ਗੋ ਟੂ ਦ ਐਨਸੈਸਟਰਸ ਬਜ਼ੁਰਗਾਂ ਨੂੰ ਪਹੁੰਚੋ ਨਾ ਉੱਥੇ ਹਾਂਜੀ ਉਹ ਦੇਖੋ ਇੱਦਾਂ ਆ ਵਿਚਾਰ ਦੀ ਗੱਲ ਆ ਮਤਲਬ ਇਹ ਆ ਵੀ ਉਹਨਾਂ ਨੇ ਉਹਨਾਂ ਦਾ ਬੜਾ ਕੰਟਰੀਬਿਊਸ਼ਨ ਆ ਉਹਨਾਂ ਦਾ ਭਾਵਨਾ ਬੜਾ ਕੰਟਰੀਬਿਊਸ਼ਨ ਹੈਗਾ ਉਹਨਾਂ ਨੇ ਦੇਸ਼ ਦੀ ਬੜੀ ਸੇਵਾ ਕੀਤੀ ਆ ਫੈਮਿਲੀ ਦੀ ਬੜੀ ਸੇਵਾ ਕੀਤੀ ਆ ਹਾਂ ਫਿਰ ਇਹ ਆ ਵੀ ਪੰਜਾਬ ਦੇ ਵਿੱਚੋਂ ਨਿਕਲ ਕੇ ਲੈਂਡਲੈਸ ਸਾਰੇ ਲੈਂਡ ਲਾਰਡ ਬਣਾਏ ਔਰ ਪੂਰੇ ਪੂਰੇ ਦਾ ਪੂਰਾ ਪਿੰਡ ਵਸਾਇਆ ਉਹਨਾਂ ਨੇ ਔਰ ਉਸ ਟਾਈਮ ਜੰਗਲ ਦੇ ਵਿੱਚ ਸ਼ੇਰਿਆਂ ਅਸ਼ਰਿਆਂ ਫਿਰਦੇ ਸੀ ਹਾਂਜੀ ਜਿਮ ਕਾਰਬੇਟ ਪਾਰਕ ਅਤੇ ਸਾਡਾ ਜਿਹੜਾ ਏਰੀਆ ਸੀ ਉਹਦੇ 'ਚ ਕੋਈ ਫਰਕ ਨਹੀਂ ਸੀ ਅਤੇ ਉਹਨਾਂ ਦਾ ਬੜਾ ਕੰਟਰੀਬਿਊਸ਼ਨ ਹੈਗਾ ਆ ਆਪਣੇ ਯੂਨੋ ਕਮੈਂਡੇਬਲ ਅਤੇ ਆਹ ਜਿਹੜਾ ਫੰਕਸ਼ਨ ਹੈਗਾ ਇਹ ਡਾਕਟਰ ਸਾਹਿਬ ਦਾ ਯੂਨੋ ਵੈਰੀ ਮਚ ਥੈਂਕ ਯੂ ਕਿ ਮਾਂ ਬਾਪ ਨੂੰ ਕਿਸੇ ਵੀ ਤਰੀਕੇ ਨਾਲ ਯਾਦ ਕਰਨਾ ਭਾਵਨਾ ਹੋਵੇ ਜਾਂ ਨਾ ਹੋਵੇ ਪਹੁੰਚੇ ਕਿ ਨਾ ਪਹੁੰਚੇ ਤੇ ਲੇਕਿਨ ਇਹ ਆ ਵੀ ਇਹ ਸ਼ੋ ਕਰਦਾ ਵੀ ਇਹਨਾਂ ਦੇ ਦਿਲ 'ਚ ਮਾਂ ਬਾਪ ਲਈ ਕਿੰਨਾ ਪਿਆਰ ਆ ਡੈਡੀ ਹਾਂਜੀ 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 ਬਿਲਕੁਲ ਬਿਲਕੁਲ ਹਾਂ ਤੇ ਮਤਲਬ ਦੇਖੋ ਪਰਮਾਤਮਾ ਦੀ ਬੜੀ ਮਿਹਰ ਆ ਸੁਖੀ ਆ ਸਭ ਕੁਝ ਦਿੱਤਾ ਪਰਮਾਤਮਾ ਨੇ ਤੇ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਆਈ ਐਮ ਗੋਇੰਗ ਟੂ ਸਟਾਪ ਦਿਸ ਵਨ ਐਂਡ ਦਿਸ ਇਜ਼ ਔਨ ਫੇਸਬੁੱਕ ਇਟਸ ਗੋਇੰਗ ਆਲ ਓਵਰ ਦ ਵਰਲਡ ਥੈਂਕ ਯੂ ਵੈਰੀ ਮਚ ਜੀਵਨ ਪਿਤਰ ਨ ਮਾਨੇ ਕੋ ਮੂਹੇ ਸ਼ਰਾਧ ਕਰਾਹੇ ਪਿਤਰ ਵੀ ਬਪੁਰੇ ਕਹੂ ਕਿਉਂ ਪਾਵਹੀ ਕਊਆ ਕੁਕੁਰ ਖਾਹੇ ਗੁਰਬਾਣੀ ਵੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਜਿਉਂਦੇ ਜੀ ਅਗਰ ਅਸੀਂ ਆਪਣੇ ਵੱਡਿਆਂ ਦਾ ਬਜ਼ੁਰਗਾਂ ਦਾ ਮਾਣ ਸਤਿਕਾਰ ਨਹੀਂ ਰੱਖ ਸਕਦੇ ਤਾਂ ਉਹਨਾਂ ਦੇ ਮਰਨ ਤੋਂ ਬਾਅਦ ਸ਼ਰਾਧ ਕਰਨ ਦਾ ਕੀ ਫਾਇਦਾ ਕਿਉਂਕਿ ਉਹ ਕੁੱਤਿਆਂ ਕਊਆਂ ਨੇ ਖਾਣਾ ਹੈ ਅਤੇ ਜੇਕਰ ਤੁਹਾਡੇ ਦਿਲ ਨੂੰ ਤਸੱਲੀ ਮਿਲਦੀ ਹੈ ਇਹ ਸੋਚ ਕੇ ਕਿ ਉਹ ਤੁਹਾਡੇ ਪਿੱਤਰਾਂ ਤੱਕ ਜਾਂ
ਵੱਡਿਆਂ ਬਜ਼ੁਰਗਾਂ ਤੱਕ ਪਹੁੰਚ ਜਾਣਗੇ ਤਾਂ ਇਹ ਕਿਤੇ ਨਾ ਕਿਤੇ ਬਹੁਤ ਵੱਡੀ ਗਲਤ ਫਹਿਮੀ ਹੈ ਤੁਹਾਡੇ ਜ਼ਿਹਨ ਦੀ, ਕਿਉਂਕਿ ਮਾਪਿਆਂ ਦੀ ਰੂਹ ਨੂੰ ਉੱਥੇ ਹੀ ਸ਼ਾਂਤੀ ਮਿਲ ਜਾਂਦੀ ਹੈ ਜੇਕਰ ਮਾਪੇ ਹੱਸਦੇ ਵੱਸਦੇ ਪਰਿਵਾਰ ਦੇ ਵਿੱਚੋਂ ਖੁਸ਼ੀ ਖੁਸ਼ੀ ਵਿਦਾਈ ਲੈ ਜਾਣ। ਪਰ ਜੇਕਰ ਮਾਪਿਆਂ ਨੂੰ ਪਰਿਵਾਰ ਦੇ ਵਿੱਚ ਟੰਗ ਕੇ ਰੱਖਿਆ ਗਿਆ ਹੋਵੇ, ਰੋਜ਼ ਤਿਰਸਕਾਰ ਹੁੰਦਾ ਹੋਵੇ, ਉਹਨਾਂ ਉੱਤੇ ਹੱਥ ਚੱਕਿਆ ਜਾਂਦਾ ਹੋਵੇ, ਗਾਲੀ ਗਲੋਚ ਕੀਤਾ ਜਾਂਦਾ ਹੋਵੇ ਉਹਨਾਂ ਦੇ ਨਾਲ, ਤਾਂ ਅਜਿਹੇ ਮਾਪਿਆਂ ਦੇ ਸਵਰਗ ਸੁਧਾਰਨ ਤੋਂ ਬਾਅਦ ਅਗਰ ਤੁਸੀਂ ਲੱਖ ਸ਼ਰਾਧ ਵੀ ਕਰਦੇ ਹੋ, ਲੱਖ ਪੂਜਾ ਪਾਠ ਵੀ ਕਰਦੇ ਹੋ, ਤਾਂ ਤੁਹਾਡੇ ਸਿਰ ਤੋਂ ਉਹਨਾਂ ਨਾਲ ਕੀਤੇ ਹੋਏ ਪਾਪਾਂ ਦਾ ਭਾਰ ਕਦੇ ਵੀ ਨਹੀਂ ਘੱਟ ਸਕਦਾ। ਇਸ ਕਰਕੇ ਉਹ ਪਰਿਵਾਰ ਜ਼ਰੂਰ ਯਾਦ ਰੱਖਣ ਕਿ ਜੋ ਅੱਜ ਉਹ ਆਪਣੇ ਬਜ਼ੁਰਗਾਂ ਨਾਲ ਕਰ ਰਹੇ ਨੇ, ਕੱਲ੍ਹ ਉਹ ਉਹਨਾਂ ਨੂੰ ਵੀ ਭੋਗਣਾ ਪੈ ਸਕਦਾ ਹੈ। ਮੰਨਿਆ ਸਾਰੇ ਪਰਿਵਾਰ ਇੱਦਾਂ ਦੇ ਨਹੀਂ ਹਨ, ਪਰ ਬਹੁ ਗਿਣਤੀ ਅਜਿਹੇ ਹਨ ਜਿਨ੍ਹਾਂ ਨੇ ਆਪਣੇ ਮਾਪੇ ਆਪ ਹੀ ਘਰੋਂ ਬਾਹਰ ਕੱਢੇ ਹੋਏ ਨੇ। ਤਾਂ ਹੀ ਅੱਜ ਆਏ ਦਿਨ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਵਿਰੱਧ ਆਸ਼ਰਮਾਂ ਦੀ ਵੀ ਤਾਦਾਦ ਵੱਧਦੀ ਜਾ ਰਹੀ ਹੈ, ਉਹਦੇ ਵਿੱਚ ਬਜ਼ੁਰਗਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ। ਤੁਸੀਂ ਇਸ ਸਾਰੇ ਮਸਲੇ 'ਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਈ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।